हाँ जी, गुड मॉर्निंग सारे ने, ਸਤਿ ਸ੍ਰੀ ਅਕਾਲ। ਕੀ ਹਾਲ ਚਾਲ, ਕਿਵੇਂ ਸਾਰੇ? ਠੀਕ ਠਾਕ। ਤੇ 15 ਦਿਨਾਂ ਬਾਅਦ ਆਪਾਂ ਆਏ ਕੰਮ ਤੇ, ਤੇ ਰੂਮ ਰੈਡੀ ਹੋ ਗਿਆ। ਤਾਂ ਰੂਮ ਰੈਡੀ ਦਿਖਾਉਂਦੇ ਆ। ਆ ਕਮਰਾ ਜਿਹੜੇ ਵੀਰਾਂ ਨੇ ਮੇਰੇ ਜਾਣ ਪਿੱਛੇ ਤਿਆਰ ਕੀਤਾ, ਵੇਖੋ ਸਾਡਾ। ਤੇ ਲੂਵਰ ਪੈਨਲ ਲਾ ਕੇ ਤੇ ਵਿੱਚ ਸਟੀਲ ਦੀ ਸਟਿੱਕ ਪਾ ਕੇ ਮਾਈਕਾ ਲਾਇਆ। ਤਿੰਨ ਪੀਸ ਇਹਦੇ ਡਰਾਵਰ ਨੇ, ਸਵਿਚ ਬੋਰਡ, ਇੱਕ ਉੱਤੇ ਡਰੋਵਰ, ਇੱਥੇ ਭਰਾਈ ਹੋ ਜਾਏਗੀ। ਅਤੇ ਬਾਕੀ ਵਾਈਟ ਮੇਕਾ ਲਾ ਤਾ ਗੱਦਿਆਂ ਦੇ ਬੈਡ, ਜਿੱਥੇ ਗੱਦਾ ਲੱਗਣਾ ਹੇਠਾਂ। ਅਤੇ ਬੈਡਰੂਮ ਬਲੈਕ ਮੇਕਾ ਲਾ ਤਾ। ਸਿੰਪਲ ਆਲ ਓਵਰ ਪਏ ਜਿਹੜੇ ਲੋਬੀ 'ਚ ਹੋਣੇ ਫਿਕਸ ਹੋਣੇ ਨੇ। ਅਤੇ ਬਾਕੀ ਆਲਮਾਰੀ ਤਿਆਰ ਕੀਤੀ ਆ। ਹੈਂਗਿੰਗ ਥੱਲੇ ਸ਼ੂ ਰਹੇਗਾ, ਹੇਠਾਂ ਅਲਮਾਰੀਆਂ ਲਗਭਗ ਸੇਮ ਹੀ ਆ। ਅਤੇ ਦੋ ਬੈਡਰੂਮਾਂ ਦੀਆਂ ਅਲਮਾਰੀਆਂ ਜੇ ਉਹ ਅਲੱਗ ਬਣਦੀਆਂ। ਡਰੈਸਿੰਗ ਆ, ਉੱਪਰ ਲੈਟ ਆ ਇੱਕ ਲੱਗਣੀ, ਉਹਦੇ ਉੱਪਰਲੇ ਬੰਨੇ ਉੱਪਰ ਲੈਟ ਆ, ਉਹਦੇ ਉੱਪਰ ਇੱਕ ਆ ਸਟੀਲ ਦੀ। ਆ ਗੋਲਡਨ ਪੱਤੀ ਪਾਈ ਆ ਸਰੁੱਖ, ਕਿਉਂਕਿ ਇੰਨਾ ਅੱਧੀ ਅੱਧੀ ਚੜਾ ਛੱਡ ਕੇ ਸ਼ੀਸ਼ਾ ਪੈ ਜਾਏਗਾ। ਉੱਪਰ ਸ਼ੀਸ਼ਾ ਵਾ ਅਤੇ ਹੇਠਾਂ ਦੋ ਡਰੋਵਰ। ਤੀਸਰਾ ਕਮਰਾ ਰੈਡੀ ਹੋ ਗਿਆ। ਅਤੇ ਬਾਕੀ ਨਾਲ ਨਾਲ ਅਜੇ ਹੋਣ ਡਿਆ ਕੰਮ ਰੈਡੀ। ਇੱਧਰ ਵੀ ਆ ਗਮਲਿਆਂ ਦੀ ਸਜਾਵਟ ਵਾਸਤੇ ਆ ਕੋਰਨਰ ਤਿਆਰ ਕੀਤੀ ਹੈ। ਅਤੇ ਇਹਨੂੰ ਵੀ ਮਾਇਕਾ ਮੁਕਾ ਲੱਗਣਾ ਫਰੰਟ 'ਤੇ। ਆ ਡਾਟ ਵੀ ਤਿਆਰ ਕਰਨ ਲਈ ਪਈ ਹੈ ਜੀ। ਇੱਧਰ ਮੰਦਰ ਪਿਆ ਜੇ, ਅਤੇ ਪੈਨਲ ਨੂੰ ਮਾਇਕਾ ਲੱਗਣ ਵਾਲਾ ਪਿਆ ਫਿਲਹਾਲ। ਫਿਲਹਾਲ ਆਪਾਂ ਹੇਠਾਂ ਯੂ ਵੀ ਸ਼ੀਟਾਂ ਲਾ ਰਹੇ ਹਾਂ। ਉਹ ਵੀ ਡਰਾਇੰਗ ਰੂਮ ਰੈਡੀ ਹੋ ਹੀ ਗਿਆ। ਹੱਚ ਗਾਠਾਂ ਪੱਟੀਆਂ ਪੁਰਾਣੀਆਂ, ਸੇਕ ਲੱਗੀ ਉਹ ਬਾਹਰ ਕੱਟਤੀਆਂ। ਆਹ ਕਮਰਾ ਵਾ ਯੂ ਵੀ ਸ਼ੀਟਾਂ ਦਾ। ਪਹਿਲਾਂ ਆਪਾਂ ਲਾ ਤੀਆਂ ਯੂ ਵੀ ਸ਼ੀਟਾਂ 10 ਕੁ ਦਿਨ ਪਹਿਲਾਂ, ਅਤੇ ਫਿਰ ਬਾਅਦ 'ਚ ਆਉਣਾ ਇਹ ਕਹਿੰਦੇ ਛੇਤੀ ਚਾਹੀਦਾ ਕਮਰਾ। ਡਰਾਇੰਗ ਰੂਮ ਆ ਨਾ, ਫਿਰ ਗੈਸਟਾਂ ਵਾਸਤੇ ਫਿਰ ਜ਼ਰੂਰੀ ਸ਼ੋ ਪੀਸ। ਇੱਥੇ ਪੁਰਾਣ ਲੱਗਿਆ ਸ਼ੋ ਪੀਸ, ਉਹ ਕੱਢਤਾ ਆਪਾਂ। ਅਤੇ ਹੁਣ ਆਹ ਵੀ ਰੈਡੀ ਆ, ਬਸ ਬਿਜਲੀ ਵਾਲੇ ਦਾ ਕੰਮ ਰਹਿ ਗਿਆ ਬਾਕੀ ਇੱਥੇ, ਬਾਕੀ ਫਿਕਸ ਕਰਾਂਗੇ ਆਪਾਂ। ਅਤੇ ਆ ਡਾਟ, ਇਹਨੂੰ ਮਾਈਕਾ ਲਾ ਦੇਣਾ ਆਪਾਂ, ਇਹਨੂੰ ਯੂ ਵੀ ਸ਼ੀਟਾਂ ਲਾਉਣੀਆਂ ਡਾਟ ਨੂੰ। ਅਤੇ ਬਸ ਅੱਜ ਰੈਡੀ ਕਰ ਦੇਣਾ ਆਪਾਂ। ਕੋਰਨਰ ਲਾਈ ਆ ਗੋਲ, ਬੜੀ ਮੁਸ਼ਕਲ ਨਾਕੀ ਨੇ ਲਵਾਈ। ਧੁੱਪ ਕਰੋ ਚੱਕ ਤੁਸੀਂ। ਇੱਧਰ ਅੰਬੀਆਂ ਪੱਗ ਗਈਆਂ ਵੇਖੋ ਹੈਂ। ਇੱਧਰ ਬੋਕਸਰ ਲੱਗਾ, ਆ ਜਨਰੇਟਰ ਬੱਤੀ ਬੰਦ ਰਹਿੰਦੀ ਕਣਕ ਦੇ ਕਾਰਨ। ਬੰਦੇ ਸਾਡੇ ਨੂੰ ਪਤਾ ਨਾ ਲੱਗਣ ਡਿਆ ਕਿਹੜੀ ਕਿੱਲੀ ਸੁੱਟਣੀ ਇਹਦੀ, ਉਹ ਕਿੱਥੇ ਪੁੱਛਣ ਚੱਲ ਗਿਆ ਵੇ। ਚਲੋ ਕੋਈ ਨਹੀਂ। ਅੱਡਾ ਲਾਇਆ ਆਪਾਂ ਬਾਹਰ, ਉੱਪਰ ਅੱਡਾ ਚੱਕ ਲੈਂਦਾ, ਹੇਠਾਂ ਹੀ ਕੰਮ ਚੱਲਣਾ। ਬੋਰਡਾਂ ਦੀ ਕਟਾਈ ਕਰਤੀ ਇੱਧਰ, 3-4 ਬੋਰਡ ਕੱਟ ਕੇ ਬਾਹਰ ਸੁੱਟਤੀ। ਲੈਟ ਆ ਗਈ, ਚਲੋ ਲੈ ਵੀ ਕਰਾ ਤੀ ਅੰਡ ਪੂਰੀ। ਖਲਾਰਾ ਵੇਖੋ ਕਿੰਨਾ ਪਿਆ, ਕੰਮ ਬੜਾ ਪੇਂਡਿੰਗ ਪਿਆ ਅਜੇ, ਹੌਲੀ ਹੌਲੀ ਨਿਬੜਨਾ ਸਾਰਾ ਕੰਮ। ਜਾਣ ਦੀ ਤਿਆਰੀ ਆਪਣੀ, ਟਾਈਮ ਹੋ ਗਿਆ 7:45 ਦਾ। ਕਣਕਾਂ ਹੋ ਗਿਆ ਸੁਨਹਿਰੀ, ਆਪਣੇ ਆ ਚੁੱਕੀ ਚਾਹ ਨਾਲ ਆ ਗਏ ਦਾ ਬੈਠਾ। ਰਸੋਈ ਜਾਏ ਨੀ, ਕੰਮ ਲਾ ਦਿੰਦੇ ਉਸੇ ਵੇਲੇ। ਨਾ ਮੈਨੂੰ ਹੁਣ ਅੰਬ ਕੱਟਣ ਡਾ ਦਾ, ਆਪਣਾ ਜਿਹੜਾ ਕੰਮ ਹੀ ਆਪਾਂ ਕਰਤਾ, ਸਲਾਦ ਆਪਾਂ ਕੱਟਤਾ ਬਸ। ਇੱਕ ਕੰਮ ਪਿਆ ਹੋਰ, ਜੱਗ 'ਚ ਪਾਣੀ ਭਰੋ। ਜੱਗ 'ਚ ਪਾਣੀ ਭਰਨਾ ਦੇਣਾ, ਹੈਂਡਲ ਵੱਖਰਾ ਹੋ ਗਏ ਭਰ ਲੈਂਦੇ।
ਪ੍ਰਸ਼ਾਦਾ ਪਾਣੀ ਅਪਣਾ ਚੁੱਕਾ। ਇੱਧਰ ਚੱਲ ਰਹੀ ਹੈ ਪੰਜਾਬੀ ਮੂਵੀ ਫੁੱਲ ਕਮੇਡੀ, ਤੇ ਇੱਧਰ ਕੁੜਤਾ ਪਜਾਮਾ ਪ੍ਰੈਸ ਹੋ ਰਿਹਾ। ਸਵੇਰੇ ਆਪਾਂ ਜਾਣਾ ਗੁਰਦੁਆਰਾ ਸਾਹਿਬ ਛਾਟਾ ਸਾਹਿਬ, ਤੇ ਬੱਸ 'ਤੇ ਜਾਣਾ। ਬੱਸ 'ਤੇ ਨਹੀਂ ਜਾਣਾ, ਕਾਲਾ ਕਰ ਦੇਣਾ ਕੁੜਤਾ ਜਾਂ ਕਿਆ ਹੋ। ਠੀਕ ਕਿਰਨ ਨੇ ਕਾਲਾ ਕੁੜਤਾ ਪਜਾਮਾ ਵੀ ਪ੍ਰੈਸ ਕਰਤਾ ਕਿ ਦਿਲ ਕਰੂ ਉਹ ਪਾ ਲਓ, ਦਿਲ ਕਰੂ ਇਹ ਪਾ ਲਓ, ਹੈ ਨਾ ਦੋਵੇਂ ਆਪਸ਼ਨ। ਜਿੱਦਣ ਦੇ ਆਪਾਂ ਹਜ਼ੂਰ ਸਾਹਿਬ ਆਏ ਕੱਲ੍ਹ ਪਰਸੋਂ ਦੇ, ਕਹਿੰਦੇ ਵਿਚਾਰੀ ਕਾਫੀ ਕੰਮ ਕਰਨ ਡਈ ਕੱਲ ਦਾ, ਜਿਹੜੀ ਥੱਕ ਗਈ। ਕੱਪੜੇ ਆਪਾਂ ਕੱਪੜੇ 3 ਦਿਨ ਹੋ ਗਏ ਕੱਪੜੇ ਧੋਂਦੇ ਨੂੰ, ਕੱਲ੍ਹ ਵੀ ਪਰਸੋਂ ਵੀ ਤੇ ਅੱਜ ਵੀ ਮੇਰੇ ਖਿਆਲ ਨਾਲ ਧੋਤੇ ਨੇ ਥੋੜੇ ਥੋੜੇ ਕਰਕੇ ਧੋਤੇ ਕਿ ਜ਼ਿਆਦਾ ਫਿਰ ਧੋਣੇ ਫਿਰ ਬਿਮਾਰ ਹੋ ਗਏ। ਉੱਥੇ ਆਪਾਂ ਧੋ ਨਹੀਂ ਸਕੇ ਨਾ ਧੁੱਪੇ, ਕਿਉਂਕਿ ਉੱਥੇ ਫਿਰ ਟਾਈਮ ਨਹੀਂ ਹੈਗਾ ਇੰਨਾ। ਚਲੋ ਵਧੀਆ ਦਰਸ਼ਨ ਮਿਲੇ ਹੋ ਗਏ। ਆਹ ਕਹਿੰਦੇ ਗੁਲਦਸਤਾ ਬੜਾ ਵਧੀਆ ਤਿਆਰ ਕੀਤਾ ਟੇਪਾਂ ਲਾ ਕੇ, ਇਹਨੂੰ ਬੜਾ ਖੂੰਜੇ ਲਾਇਆ ਹੈ। ਕਿਰਨ ਦੀ ਇੱਕ ਗੱਲ, ਜਦੋਂ ਆਪਾਂ ਕਿਤੇ ਜਾਣਾ ਹੋਵੇ ਸਵੇਰੇ ਮੰਨ ਲਓ ਮੋਰਨਿੰਗ ਟਾਈਮ, ਅਤੇ ਕਿਰਨ ਤਿਆਰੀ ਰਾਤ ਹੀ ਕਰ ਲੈਂਦੀ ਹੈ, ਜਿਵੇਂ ਕੁਛ ਕੱਪੜਾ ਜਿਹੜਾ ਆਪਾਂ ਪਾਉਣਾ ਜਿਹੜਾ ਵੀ, ਹੈ ਨਾ ਉਹਨੂੰ ਪ੍ਰੈਸ ਕਰਨਾ ਵਾ ਜਿੱਦਾਂ ਵੀ ਹੋਵੇ। ਮੇਰੇ 2 ਕੁੜਤੇ ਜਾਂ ਪ੍ਰੈਸ ਕਰ ਵੀ ਦਿੱਤੇ ਨੇ ਅਤੇ ਆਪਣੇ ਵੀ ਕਰਕੇ ਰੱਖ ਲਏ ਨੇ। ਇਹ ਵਲੋਗ ਕਿਵੇਂ ਦਾ ਲੱਗਾ ਕਮੈਂਟ ਸ਼ੇਅਰ ਜ਼ਰੂਰ ਕਰਿਓ, ਅਤੇ ਮਿਲਦੇ ਹਾਂ ਤੁਹਾਨੂੰ ਫਿਰ ਸਵੇਰੇ ਸੋਹਣੇ ਜਿਹੇ ਵਲੋਗ ਦੇ ਨਾਲ। ਰੱਬ ਸਾਰਿਆਂ ਨੂੰ ਤਰੱਕੀਆਂ ਬਖਸ਼ੇ, ਜੀਂਦੇ ਵਸਦੇ ਰਹੋ। ਮਤਲਬ ਮੈਂ ਅੱਜ ਗਿਆ ਕਾਫੀ ਟਾਈਮ ਬਾਅਦ, 15-16 ਦਿਨਾਂ ਬਾਅਦ ਗਿਆ ਕੰਮ 'ਤੇ, ਅਤੇ ਕੰਮ ਕਾਰ 'ਤੇ ਜਾਣਾ ਵੀ ਚਾਹੀਦਾ, ਕੰਮ ਕਾਰ ਚੱਲਣੇ ਵੀ ਚਾਹੀਦੇ ਸਾਰਿਆਂ ਦੇ, ਪਰਮਾਤਮਾ ਸਭ ਦੇ ਕੰਮ ਕਾਰ ਚਲਾਈ ਰੱਖੇ। ਅਤੇ ਬਾਕੀ ਜਿਹੜੇ ਗੱਲਾਂ ਬਾਤਾਂ ਕਰਦੇ ਇੱਧਰ ਉੱਧਰ ਦੀਆਂ, ਚਲੋ ਕੋਈ ਧਿਆਨ ਨਾ ਦਿਆ ਕਰੋ, ਜੀਂਦੇ ਵਸਦੇ ਰਹੋ। ਮਿਲਦੇ ਸਵੇਰੇ ਧਿਆਨ 'ਚ ਬੁਲਾਓ ਦੇਣਾ ਮੋਬਾਇਲ।